ਕਿਸਾਨਾਂ ਦੇ ਉੱਪਰ ਹਮਲਾ ਕੀਤਾ। ਚਾਰ ਕਿਸਾਨ ਇੱਕ ਪੱਤਰਕਾਰ ਸ਼ਹੀਦ ਹੋ ਗਏ। ਸ੍ਰੀਰਾਮ ਦੱਲਾ ਜਿਹੜੇ 4.5 ਲੱਖ ਲੋਕਾਂ ਨੂੰ ਵੋਟ ਪਾ ਕੇ ਲੋਕਾਂ ਨੇ ਸ੍ਰੀਰਾਮ ਦੱਲਾ ਜਿਹੜੇ 4.5 ਲੱਖ ਲੋਕਾਂ ਨੂੰ ਵੋਟ ਪਾ ਕੇ ਲੋਕਾਂ ਨੇ ਘਰ ਦਾ ਅੰਦਰ ਬਣ ਗਿਆ, ਅੰਦਰ ਗੇਟ ਲਾ ਲਿਆ। ਸੁਸ਼ੀਲ ਰਿੰਕੂ ਆ, ਉਹਦੇ ਬਾਰੇ ਤੁਸੀਂ ਇੰਨਾ ਕੁ ਚਾਹੁੰਦੇ ਹਾਂ ਵੀ ਜਦੋਂ ਪਹਿਲਾਂ ਕਾਂਗਰਸ ਸੀ ਉਦੋਂ ਬਾਕੀ ਸਾਰੀਆਂ ਪਾਰਟੀਆਂ ਮਾੜੀਆਂ ਸੀ। ਪਾਰਟੀ ਆ ਜਿਹਨੇ ਵਾ ਲੋਕਤੰਤਰ ਜਿਹੜਾ ਖਤਮ ਕਰਨਾ ਵਾ। ਸਾਥੀ ਜੀ, ਮੈਂ ਸਾਥੀ ਮੇਜਰ ਸਿੰਘ, ਸੂਬਾ ਕਮੇਟੀ ਮੈਂਬਰ ਜਮਹੂਰੀ ਕਿਸਾਨ ਸਭਾ ਪੰਜਾਬ। ਅੱਜ ਜਿਹੜੀ ਇਕੱਤਰਤਾ ਇੱਥੇ ਹੋਈ ਆ ਮਹਿਕਪੁਰ ਵਿੱਚ, ਇੱਥੇ ਜਿਹੜਾ ਭਾਜਪਾ ਦਾ ਕੈਂਡੀਡੇਟ ਖੜਾ ਸੁਸ਼ੀਲ ਰਿੰਕੂ, ਉਹਨੇ ਇੱਥੇ ਜਾਣਾ ਸੀਗਾ ਆਪਣੀਆਂ ਵੋਟਾਂ ਵਾਸਤੇ। ਅੱਜ ਸਾਂਝੇ ਜਥੇਬੰਦੀਆਂ ਨੇ ਐਸ ਕੇ ਐਮ ਸੱਦੇ ਨੇ ਸੱਦੇ 'ਤੇ ਅਸੀਂ ਵਿਰੋਧ ਕੀਤਾ ਤਾ। ਸਾਡੀਆਂ ਜਿਹੜੀਆਂ ਮੰਗਾਂ ਆ ਉਹ ਮਾਵਾਂ ਵਾਸਤੇ ਵਿਰੋਧ ਕੀਤਾ ਸੀਗਾ, ਜੋ ਇਹਨੇ ਕਾਰਨਾਮੇ ਕੀਤੇ ਆ ਉਹ ਦੱਸਣ ਵਾਸਤੇ ਵਿਰੋਧ ਕੀਤਾ ਤਾ ਅਸੀਂ। ਪਰ ਉਹ ਦੱਲਾ ਡਰਦਾ ਭੱਜ ਗਿਆ, ਪਰ ਉਹ ਦੱਲਾ ਡਰਦਾ ਭੱਜ ਗਿਆ, ਇਹਦੇ ਖੜਾ ਨਹੀਂ ਹੋਇਆ। ਉਹ ਫਰਜ਼ ਬਣਦਾ ਸਾਡੇ ਸਵਾਲ ਦਾ ਜਵਾਬ ਦਿੰਦਾ। ਜੋ ਦਿੱਲੀ ਵਿੱਚ ਹੋਇਆ 13 ਮਹੀਨੇ ਉੱਥੇ ਚੱਲਿਆ ਅੰਦੋਲਨ ਚੱਲਿਆ, ਇਹ ਕਿੱਥੇ ਗਏ ਸੀ? ਉਦੋਂ ਇੱਕ ਵਾਰੀ ਨਹੀਂ ਪਹੁੰਚੇ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਉੱਪਰ ਹਮਲਾ ਕੀਤਾ, ਚਾਰ ਕਿਸਾਨ ਇੱਕ ਪੱਤਰਕਾਰ ਸ਼ਹੀਦ ਹੋ ਗਿਆ। ਬੀਜੇਪੀ ਸਰਕਾਰ ਨੇ ਕੋਈ ਨਿਆਂ ਨਹੀਂ ਦਿੱਤਾ ਕਿਸਾਨਾਂ ਨੂੰ। 13 ਮਹੀਨੇ ਦੇ ਦੌਰਾਨ 750 ਦੇ ਕਰੀਬ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ, ਕੋਈ ਨਿਆਂ ਨਹੀਂ ਮਿਲਿਆ। ਇਸ ਕਰਕੇ ਜਵਾਬ ਮੰਗਣੇ ਸੀਗੇ ਉਹਦੇ ਕੋਲੋਂ। ਸ੍ਰੀਰਾਮ ਦੱਲਾ ਜਿਹੜੇ 4.5 ਲੱਖ ਲੋਕਾਂ ਨੂੰ ਵੋਟ ਪਾ ਕੇ ਲੋਕਾਂ ਨੇ ਉਹਨੂੰ ਜਿਤਾਇਆ, ਉਹ ਝਾੜੂ ਪੈਸੀ ਪਹਿਲੋਂ, ਹੁਣ ਇੱਕ ਮਿੰਟ ਨਹੀਂ ਬਦਲ ਗਏ, ਬੀਜੇਪੀ ਜਾ ਗਿਆ। ਸੰਸਦ ਦੇ ਵਿੱਚ ਮੋਦੀ ਸਰਕਾਰ ਨੇ ਇਹਨੂੰ ਮਾੜਾ ਪੁੱਛਾ ਤੇ ਬੋਲਿਆ ਸੀਗਾ, ਇਹ ਬੇੜੀਆਂ ਪਾ ਕੇ ਫਿਰਦਾ ਸੀ, ਇਹ ਮੋਦੀ ਸਰਕਾਰ ਬੜੀ ਮਾੜੀ ਆ, ਹੁਣ ਨਹੀਂ ਮਾੜੀ ਸੀ ਇਹਨੂੰ, ਹੁਣ ਇਹਦੇ ਵਿੱਚ ਆ ਕੇ ਵੋਟਾਂ ਮੰਗਣਾ ਆ। ਅੱਜ ਸਾਂਝੇ ਤੌਰ ਤੇ ਇਹ ਕੀਤਾ ਵਿਰੋਧ, ਲੜ ਕੇ ਜਥੇਬੰਦੀਆਂ ਨੇ ਐਸ ਕੇ ਐਮ ਸੱਦੇ ਤੇ ਇਹਦਾ ਕੀਤਾ ਵਿਰੋਧ, ਡਰ ਦਾ ਅੰਦਰ ਬਣ ਗਿਆ, ਅੰਦਰ ਗੇਟ ਲਾ ਲਿਆ। ਇਸ ਕਰਕੇ ਅੱਜ ਸਵਾਲ ਪੁੱਛੇ ਸੀਗੇ ਪਰ ਸਭ ਨਿਰਣ ਗਿਆ, ਭੱਜ ਗਿਆ। ਸਾਡਾ ਇੱਕ ਕਾਮਯਾਬ ਆ, ਅਸੀਂ ਪਿੰਡਾਂ 'ਚ ਬਣੂਗਾ ਇਹਦਾ ਵਿਰੋਧ, ਤੇ ਬੀਜੇਪੀ ਸਰਕਾਰ ਸੈਂਟਰ 'ਚ ਨਹੀਂ ਆਉਣ ਦਿਆਂਗੇ। ਬਸ ਇਹ ਆ ਵੀ ਜਿਹੜਾ ਸੁਸ਼ੀਲ ਰਿੰਕੂ ਆ ਉਹਦੇ ਬਾਰੇ ਤੁਸੀਂ ਇੰਨਾ ਕੁ ਚਾਹੁੰਦੇ ਹਾਂ ਵੀ ਜਦੋਂ ਪਹਿਲਾਂ ਕਾਂਗਰਸ ਸੀ ਉਦੋਂ ਬਾਕੀ ਸਾਰੀਆਂ ਪਾਰਟੀਆਂ ਮਾੜੀਆਂ ਸੀ, ਉੱਥੋਂ ਬਦਲ ਕੇ ਇਹ ਆਮ ਪਾਰਟੀ 'ਚ ਆ ਗਿਆ ਤੇ ਉਦੋਂ ਕਾਂਗਰਸ ਵੀ ਮਾੜੀ ਹੋ ਗਈ, ਬੀਜੇਪੀ ਵੀ ਮਾੜੀ ਹੋ ਗਈ, ਹੁਣ ਬਦਲ ਕੇ ਬੀਜੇਪੀ 'ਚ ਆ ਗਿਆ। ਹੁਣ ਅਸੀਂ ਉਹਨੂੰ ਇਹ ਹੀ ਪੁੱਛਣਾ ਚਾਹੁੰਦੇ ਹਾਂ ਵੀ ਇਹਦੇ 'ਚ ਤੈਨੂੰ ਕੀ ਚੰਗਾ ਲੱਗਾ ਤੇ ਦੂਜਿਆਂ 'ਚ ਕੀ ਮਾੜਾ ਲੱਗਾ, ਇਹਦੇ ਬਾਰੇ ਤਾਂ ਇੰਨਾ ਕੀ ਸਵਾਲ ਸੀ। ਬਾਕੀ ਜਿਹੜਾ ਵਿਰੋਧ ਹੈ ਸਾਡਾ ਉਹ RSS ਦਾ, ਬੀਜੇਪੀ ਦਾ ਵਾ, ਜਿਹਨੇ ਦੇਸ਼ ਦੇ ਲੋਕਾਂ 'ਚ ਸੱਤਾ 'ਚ ਆਉਣ ਲਈ ਝੂਠ ਬੋਲਿਆ ਸਾਰਾ, 15-15 ਲੱਖ ਲਾ ਲਓ ਚਾਹੇ ਨੋਟਬੰਦੀ ਦਾ ਲਾ ਲਓ ਚਾਹੇ ਹੋਰ, ਚਾਹੇ ਸਾਡਾ ਮੋਰਚਾ ਲੱਗਾ ਸੀ ਉੱਥੇ ਜਿਹੜੀਆਂ ਮੰਗਾਂ ਮੰਨੀਆਂ ਸੀ ਵੀ ਉਹ ਭਾਵੇਂ ਆਪਣੇ ਸੁਖੀਪੁਰ ਖੀਰੀ ਦਾ ਜਿਹੜਾ ਗੱਡੀ ਚੜ੍ਹਾਈ ਸੀ ਵਿਜੇ ਮਿਸਰਾ ਟੈਨੀ, ਜਿਹੜਾ ਅਜੇ ਮਿਸਰਾ ਟੈਨੀ ਆ ਉਹਦੇ ਲੜਕੇ ਨੇ, ਉਹਨੂੰ ਫਿਰ ਦੁਬਾਰਾ ਜਿਹੜੀ ਟਿਕਟ ਦੇਤੀ ਅਜੇ ਮਿਸਰਾ ਟੈਨੀ ਨੂੰ, ਜਦੋਂ ਕਿ ਅਸੀਂ ਕਹਿੰਦੇ ਸੀ ਇਹਨੂੰ ਬਰਖਾਸਤ ਕਰੋ, ਇਹਦੇ 'ਤੇ ਕੇਸ ਦਰਜ ਕਰੋ, ਇਹਦੀ ਹੱਲਾਸ਼ੇਰੀ ਨਾਲ ਸਾਰਾ ਕੁਝ ਹੋਇਆ। ਔਰ ਨਾਲ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੰਨ ਕੇ ਗਏ ਵੀ ਮਾਫ਼ ਕਰਾਂਗੇ, ਉਹ ਵੀ ਮਤਲਬ ਭੁੱਲ ਗਏ।
15-15 ਲੱਖ ਰੁਪਈਆ ਵੀ ਭੁੱਲ ਗਿਆ ਸਗੋਂ ਅਮਿਤ ਸ਼ਾਹ ਨੇ ਕਿਹਾ ਵੀ ਉਹ ਜੁਮਲੇਬਾਜ਼ੀ ਸੀ ਸਾਡੀ ਇਸ ਗੱਲਾਂ ਦਾ ਵਿਰੋਧ ਵਿੱਚ ਇਹਦੇ 'ਚ ਚੰਗਾ ਕੀ ਆ ਸਰਕਾਰ ਬੀਜੇਪੀ ਸਰਕਾਰ ਜਿਹੜੀ ਬਹੁਤ ਹੀ ਮਾੜੀ ਆ ਫਾਸ਼ੀਵਾਦੀ ਪਾਰਟੀ ਆ ਜਿਹਨੇ ਦਾ ਲੋਕਤੰਤਰ ਜਿਹੜਾ ਖਤਮ ਕਰਨਾ ਵਾ ਇਸ ਲਈ ਲੋਕਾਂ ਨੂੰ ਸੁਚੇਤ ਕਰਕੇ ਬੀਜੇਪੀ ਨੂੰ ਜੜੋਂ ਖਾਣਾ ਚਾਹੁੰਦੇ ਭਾਰਤ ਵਿੱਚੋਂ ਕਿ ਲੋਕਤੰਤਰ ਬਚਿਆ ਰਹੇ ਸਾਡੀ ਆਜ਼ਾਦੀ ਜਿੰਨੀ ਹੈਗੀ ਆ ਸਾਡਾ ਸੰਵਿਧਾਨ ਬਚਿਆ ਰਹੇ ਅਸੀਂ ਆਪਦੇ ਹੱਕਾਂ ਲਈ ਲੜਦੇ ਰਹੀਏ ਥੈਂਕ ਯੂ।